ਦੋਸਤੋ ਇਸ ਟਾਈਮ ਸਾਨੂੰ ਇੱਕ ਕਾਫੀ ਦੁੱਖਦਾਈ ਖਬਰ ਮਿਲ ਰਹੀ ਆ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਹੁਣ ਇਸ ਦੁਨੀਆ ਤੇ ਨਹੀਂ ਰਹੇ। ਅੱਜ ਉਹਨਾਂ ਨੇ 12:07 ਤੇ ਦਿੱਲੀ ਦੇ ਏਮਜ਼ ਹਸਪੀਟਲ ਦੇ ਵਿੱਚ ਆਖਰੀ ਸਾਹ ਲਏ। ਦੱਸ ਦਈਏ ਦੋਸਤੋ ਕਿ ਉਹਨਾਂ ਨੂੰ 9 ਅਗਸਤ ਨੂੰ ਏਮਜ਼ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਪਰ ਡਾਕਟਰਾਂ ਦਾ ਲਗਾਤਾਰ ਕਹਿਣਾ ਸੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਕੱਲ੍ਹ ਰਾਤ ਤੋਂ ਕਾਫੀ ਜ਼ਿਆਦਾ ਤਕਲੀਫ ਦੇ ਵਿੱਚ ਸੀ, ਸੋ ਉਹਨਾਂ ਨੇ ਅੱਜ ਆਪਣੀ ਜ਼ਿੰਦਗੀ ਦਾ ਸਫ਼ਰ 9:07 ਦੇ ਉੱਪਰ ਪੂਰਾ ਕੀਤਾ। ਪੂਰੇ ਦੇਸ਼ ਦੇ ਲਈ ਇਹ ਕਾਫੀ ਦੁੱਖ ਦੀ ਖ਼ਬਰ ਆ। ਜਿਵੇਂ ਹੀ ਲੋਕਾਂ ਦੇ ਵਿੱਚ ਇਹ ਖ਼ਬਰ ਪਹੁੰਚੀ ਤਾਂ ਕਾਫੀ ਜ਼ਿਆਦਾ ਸੋਗ ਦੀ ਲਹਿਰ ਫੈਲ ਗਈ। ਭਾਜਪਾ ਦੇ ਅਤੇ ਹੋਰ ਪਾਰਟੀਆਂ ਦੇ ਵੱਖ ਵੱਖ ਆਗੂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣ ਲੱਗੇ। ਦੋਸਤੋ ਦੱਸ ਦਈਏ ਕਿ ਅਰੁਣ ਜੇਤਲੀ ਪਿਛਲੀ ਮੋਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਆ ਅਤੇ ਉਹਨਾਂ ਨੇ GST ਵਰਗੇ ਵੱਡੇ ਫੈਸਲੇ ਲਏ। ਉਹ ਹਮੇਸ਼ਾ ਨਰਿੰਦਰ ਮੋਦੀ ਦੇ ਨਾਲ ਖੜ੍ਹੇ ਰਹੇ। ਇੱਕ ਸੀਨੀਅਰ ਨੇਤਾ ਹੋਣ ਦੇ ਨਾਂ 'ਤੇ ਸਾਰੇ ਫੈਸਲੇ ਉਹਨਾਂ ਤੋਂ ਪੁੱਛ ਕੇ ਕੀਤੇ ਜਾਂਦੇ ਸੀ। ਸੋ ਉਹਨਾਂ ਦੇ ਚਲੇ ਜਾਣ ਦੇ ਨਾਲ ਜਿੱਥੇ ਭਾਜਪਾ ਪਾਰਟੀ ਨੂੰ ਵੱਡਾ ਘਾਟਾ ਪਿਆ, ਉੱਥੇ ਪੂਰੇ ਦੇਸ਼ ਨੂੰ ਵੀ ਇੱਕ ਬਹੁਤ ਵੱਡਾ ਘਾਟਾ। ਹਾਲਾਂਕਿ ਉਹਨਾਂ ਨੇ ਇਸ ਵਾਰ ਮੋਦੀ ਸਰਕਾਰ ਦੇ ਵਿੱਚ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਸੀ, ਸੋ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪਰ ਫਿਰ ਵੀ ਇੱਕ ਸੂਝਵਾਨ ਅਤੇ ਸੀਨੀਅਰ ਨੇਤਾ ਹੋਣ ਦੇ ਨਾਂ 'ਤੇ ਉਹਨਾਂ ਦੀ ਰਹਿ ਵੀ ਪਾਰਟੀ ਲਈ ਅਤੇ ਦੇਸ਼ ਦੀ ਤਰੱਕੀ ਲਈ ਕਾਫੀ ਜ਼ਰੂਰੀ ਸੀ। ਸੋ ਇਹ ਕਾਫੀ ਦੁੱਖਦਾਈ ਖਬਰ ਆ। ਆਪਾਂ ਚਾਹਵਾਂਗੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਜੇਕਰ ਤੁਸੀਂ ਅਰੁਣ ਜੇਤਲੀ ਦੇ ਕੰਮਾਂ ਦੀ ਸ਼ਲਾਘਾ ਕਰਨੀ ਚਾਹੁੰਦੇ ਹਾਂ ਤਾਂ ਕਮੈਂਟ ਦੇ ਵਿੱਚ ਜਾ ਕੇ ਜ਼ਰੂਰ ਲਿਖੋ ਗ੍ਰੇਟ ਲੀਡਰ। ਇਸ ਤੋਂ ਇਲਾਵਾ ਉਹਨਾਂ ਲਈ ਇੱਕ ਲਾਈਕ ਕਰਨਾ ਬਣਦਾ, ਇਹ ਉਹਨਾਂ ਲਈ ਆਪਣੀ ਇੱਕ ਸੱਚੀ ਸ਼ਰਧਾਂਜਲੀ ਹੋਊਗੀ। ਥੈਂਕ ਯੂ ਸੋ ਮੱਚ।